ਸਾਰੇ ਹੀ ਪਰਿਵਾਰ ਨੂੰ ਸਰੀਰ ਕਰਕੇ ਸਦਾ ਲਈ ਵਿਛੋੜਾ ਦੇ ਗਏ ਸਨ। ਸਤਿਗੁਰੂ ਜੀਓ ਉਹਨਾਂ ਦੇ ਨਿਮਿਤ ਸਾਰਾ ਹੀ ਪਰਿਵਾਰ ਰਲ ਮਿਲ ਕੇ ਸਤਿਗੁਰੂ ਜੀਓ ਆਤਮਾ ਦੇ ਭਲੇ ਵਾਸਤੇ, ਰੂਹ ਦੀ ਕਲਿਆਣਤਾ ਵਾਸਤੇ ਆਪ ਜੀ ਆਪ ਜੀਆਂ ਦੀ ਪਾਵਨ ਪਵਿੱਤਰ ਗੁਰਦਾਰ ਦੇਵਦਾਨ ਪ੍ਰਸਾਦਾਨ ਸਾਹਦਾਨ ਦਾਨਾ ਸਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਸੁਰਠ ਮਹਲਾ ਪੰਜਵਾਂ ਗੁਰਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੇ ਹੋ ਸਦਾ ਸੋ ਭਾਈ ਮਨ ਚਿੰਦੇ ਸਗਲੇ ਫਲ ਪਾਵੇ ਹੋ ਜੀ ਕੈ ਸੰਗ ਸਹਾਈ ਨਾਰਾਇਣ ਪ੍ਰਾਣ ਆਧਾਰਾ ਸੰਤ ਜਣਾਰੇ ਨਾਰਾਇਣ ਪ੍ਰੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਔਰ ਬ੍ਰਹਮ ਕਰੇ ਪ੍ਰਤਪਾਲਾ ਸੱਚੀ ਸੰਗ ਰਖਵਾਲਾ ਹਰੋ
ਸੁਣ ਕਰਿਆ ਬਹੁੜ ਨਾ ਚੁਨੀ ਪਾਈਐ ਜਿਸ ਦੇਵੈ ਮੁਰਖ ਵਧਾਤਾ ਰਸਤ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਧਾਤਾ ਹਰ ਰਸਤ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਹੋਇਆ ਹੈ ਕਿ ਪੰਜ ਸੱਤ ਮਿੰਟ ਵਾਸਤੇ ਬਾਪੂ ਜੀ ਦੀ ਯਾਦ ਦੇ ਵਿੱਚ ਵਿਚਾਰ ਸਾਂਝੇ ਕੀਤੇ ਜਾਣ ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੁਰਬਾਣੀ ਦੇ ਭੋਗ ਪਾਏ ਗਏ ਹਨ ਮੂਲ ਸਾਧ ਸੰਗਤ ਬਾਪੂ ਜੀ ਦੀ ਅੰਤਮ ਅਰਦਾਸ ਸ਼ਾਮਲ ਹੋਣ ਵਾਸਤੇ ਗੁਰੂ ਸਾਹਿਬ ਦੀ ਹਾਜ਼ਰੀ ਭਰ ਰਹੇ ਹੋ ਕਿਉਂਕਿ ਗੁਰੂ ਸਾਹਿਬਾਂ ਦਾ ਸਨਮਾਨ ਹੈ ਜਿੱਦਾਂ ਕਿ ਅਸੀਂ ਪਹਿਲੋਂ ਵੀ ਮਾਨ ਸਾਡਾ ਭਰਾ ਹੈ ਉਹਦੇ ਨਾਲ ਸਾਨੂੰ ਕਈ ਵਾਰ ਇਸੇ ਘਰ ਚ ਆਉਣ ਦਾ ਮੌਕਾ ਮਿਲਿਆ ਬਜ਼ੁਰਗ ਬਹੁਤ ਹੀ ਚੰਗੀ ਸਿਹਤ ਦੇ ਮਾਲਕ ਸਨ ਔਰ ਬਹੁਤ ਅੱਛਾ ਜੀਵਨ ਬਤੀਤ ਕਰਨ ਵਾਲੇ ਇਨਸਾਨ ਸਨ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਸੀ ਕਿ ਇੰਨੀ ਉਮਰ ਉਹਨਾਂ ਨੇ ਬਹੁਤ ਤੰਦਰੁਸਤੀ ਨਾਲ ਭੋਗੀ ਔਰ ਆਪਣੇ ਸਾਰੇ ਪਰਿਵਾਰ ਨੂੰ ਕਲਾਵੇ ਵਿੱਚ ਲੈ ਕੇ ਫੁਲਵਾੜੀ ਦੀ ਤਰ੍ਹਾਂ ਸੰਭਾਲਿਆ ਮੈਂ ਅੱਜ ਗੁਰਮਤਿ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪਿੜ ਮਲੇ ਤੇ ਮਾਵਾਕਾਂ ਅਨੁਸਾਰ ਸਰਦਾਰ ਜੋਗਿੰਦਰ ਸਿੰਘ ਜੀ ਬਾਪੂ ਜੀ ਹੋਰੀ ਆਪਣੇ ਵਿੱਚ ਨਹੀਂ ਰਹੇ ਅੱਜ ਆਪਾਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆਓ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਫਤਿਹ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਗ ਵਿੱਚ ਸ਼ਹਿਰਾਂ ਦੇ ਵਿੱਚ ਸਮਾਗਮ ਹੁੰਦੇ ਨੇ ਕੀਰਤਨ ਦਰਬਾਰ ਹੁੰਦੇ ਨੇ ਗੁਰਬਾਣੀ ਦਾ ਪ੍ਰਚਾਰ ਹੁੰਦਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਗੁਰੂ ਦੇ ਨਾਲ ਜੁੜ ਜਾਏ ਉਸ ਸਮੇਂ ਵੀ ਇਹ 1100 ਸਾਲ ਦੀ ਗੱਲ ਹੈ ਬਾਬਾ ਦੇ ਲੋਕ ਦੁਨੀਆਂ ਦੇ ਰੰਗਾਂ ਦੇ ਉਲਝੇ ਹੋਏ ਸਨ ਇੱਕ ਦੂਜੇ ਦੇ ਨਾਲ ਕਥਾ ਕਰਨਾ ਕਿਨਾਰੇ ਤੇ ਬਾਬਾ ਫਰੀਦ ਨੇ ਆਪਣਾ ਪ੍ਰਾਗ ਕੀਤਾ ਆਰਾਮ ਕਰਨ ਲੱਗੇ ਦੇ ਨਾਲ ਸੰਗੀ ਸਾਥੀ ਨੇ ਬੈਠੇ ਬੈਠਿਆਂ ਬੈਠਿਆਂ ਕੀ ਹੋਇਆ ਆਪਣੀ ਅੰਮ੍ਰਿਤ ਦ੍ਰਿਸ਼ਟੀ ਮਾਰੀਏ ਕਿ ਇਹ ਪਰਮੇਸ਼ਰ ਇਹ ਸਾਰੀ ਤੇਰੀ ਰਚਨਾ ਇਹ ਦਰਿਆ ਵੀ ਤੂੰ ਬਣਾਇਆ ਇਹ ਧਰਤੀ ਵੀ ਤੂੰ ਸਾਜੀਏ ਇਹ ਅਤਰੀਆ ਗੱਲਾਂ ਕਰਦਿਆਂ ਕਰਦਿਆਂ ਕੀ ਹੋਇਆ ਕਿ ਦਰਿਆ ਦੇ ਕਿਨਾਰੇ ਤੇ ਬਦਲਾ ਪਿਆ
ਦੇ ਅਖੰਡ ਜਾਪ ਸਾਹਿਬ ਜਾਂ ਸਹਿਕਾਰ ਸਾਹਿਬ ਜਾਂ ਸੁਖਮਨੀ ਸਾਹਿਬ ਦੀ ਜਾਪ ਬਹੁਤ ਕਰਦੇ ਹਾਂ ਤੇ ਬਹੁਤ ਕਰਦੇ ਪਰ ਜਿਸ ਗੁਰੂ ਨੂੰ ਨਮਸਕਾਰ ਕਰਦੇ ਹਾਂ ਦੁੱਖ ਵੇਲੇ ਸੁੱਖ ਵੇਲੇ ਹਰ ਵੇਲੇ ਕੋਈ ਵੀ ਘਰ ਦਾ ਕੰਮ ਕਾਰ ਕਰਦਾ ਪਰਮੇਸ਼ਰ ਨੇ ਦੁਨੀਆਂ ਦੇ ਵਿੱਚ ਤੈਨੂੰ ਜਨਮ ਦਿੱਤਾ ਹੈ, ਤੂੰ ਮਨੁੱਖ ਬਣ ਕੇ ਆਇਆ ਤੇ ਦੋ ਤਿੰਨ ਉਦਾਹਰਨਾਂ ਦੇ ਕੇ ਮੈਂ ਦੱਸਦਾ ਕਿ ਗੁਰਬਾਣੀ ਸਾਨੂੰ ਕਿਵੇਂ ਸਮਝਾਉਂਦੀ ਹੈ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਬਿਲਕੁਲ ਪਤਾ ਹੈ ਕਿ ਇੱਕ ਦਿਨ ਅਸੀਂ ਦੁਨੀਆਂ ਤੋਂ ਚਲੇ ਜਾਣਾ ਹੈ। ਸਤਿਗੁਰਾਂ ਦੀ ਗੁਰਬਾਣੀ ਦਾ ਫੈਸਲਾ ਕੀ ਹੈ, ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਵਿਡਾਨੀ ਦੇ। ਗੁਰਬਾਣੀ ਦੇ ਵਿੱਚ ਉਦਾਹਰਨ ਹੈ ਇਹ ਪੰਕਤੀ ਆਉਂਦੀ, ਮਾਨਸ ਬੱਪਰਾ, ਮਾਨਸ ਕਿਹਾ ਮਨੁੱਖ ਨੂੰ, ਬੱਪਰਾ ਕਹਿੰਦੇ ਭਲਾ ਮਾਨਸ, ਮੂਸਾ ਕੀਨੋ ਮੂਸਾ ਸ਼ਬਦ ਵਰਤਿਆ ਝੂਹੇ, ਮੀਰ ਮੌਤ ਤਲਈਆ ਬਿੱਲੀ ਖਈ ਹੈ। ਕਹਿੰਦੇ ਜਿਵੇਂ ਸਾਡੇ ਘਰਾਂ ਦੇ ਵਿੱਚ ਬਿੱਲੀ ਆੜ ਲਾ ਕੇ ਬੈਠ ਜਾਂਦੀ, ਬਿੱਲੀ ਕੀ ਕਰਦੀ ਹੈ ਛਿਪ ਕੇ ਬੈਠ ਜਾਂਦੀ ਹੈ, ਬੈਠੀ ਰਹਿੰਦੀ ਹੈ, ਧਿਆਨ ਰੱਖਦੀ ਹੈ, ਜਦੋਂ ਕਹਿੰਦੇ ਚੂਹਾ ਆਉਂਦਾ ਇੱਕਦਮ ਝਪਕ ਮਾਰਦੀ ਤੇ ਖਾ ਲੈਂਦੀ।
ਮਾਸ ਬੱਕਰਾ ਭੂਸਾ ਤਿੰਨੋ ਮੀਤ ਭਰਿਆ ਭਾਈ ਹੈ ਰੇ ਕਹਿੰਦੇ ਬੱਕਰਿਆ ਤੂੰ ਵੀ ਕੀ ਜਾਣਦਾ ਕਿ ਮੌਤ ਰੁਕੀ ਦਿੱਲੀ ਨੇ ਕਦੋਂ ਆ ਕੇ ਤੈਨੂੰ ਚੱਕ ਮਾਰਨਾ ਤਾਂ ਹੀ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਾਪਤ ਮਾਨਕ ਦੇ ਹੋਈ ਆ ਗੋਬਿੰਦ ਮਿਲਣ ਕੀ ਇਹ ਤੇਰੀ ਕਰਿਆ ਕਹਿੰਦੇ ਬੰਦਿਆ ਪਰਮੇਸ਼ਰ ਨੇ 83 ਲੱਖ ਧਰਮਤਿਆਂ ਲੱਖ ਜਨਮ ਪਾਏ ਹੋਏ 83 ਲੱਖ ਜਨਾਂ ਭੋਗਣ ਤੋਂ ਉਪਰੰਤ ਜਿਨ੍ਹਾਂ ਦਾ ਜ਼ਿਕਰ ਸਹਿਸ ਕ੍ਰਿਤਿਕ ਕੀਤਾ ਧਿਆਨ ਦੇਣਾ ਕੂਕਰ ਹੈ ਸੂਕਰ ਹੈ ਦਰਬਤ ਹੈ ਕਾਕ ਹੈ ਸਰਪਣ ਹੈ ਕੁਲਖਲ ਹੈ ਪਹਿਲਾਂ ਵੀ ਬੇਨਤੀ ਦੇ ਮੁਤਾਬਕ ਕਿਉਂਕਿ ਅਸੀਂ ਸਾਰੇ ਸਤਿਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਆਪਣਾ ਗੁਰੂ ਮੰਨਦੇ ਹਾਂ ਤੇ ਗੁਰੂ ਕੀ ਕਹਿੰਦਾ ਹੈ 83 ਲੱਖ ਗੁਣਾਂ ਭੋਗਣ ਤੋਂ ਉਪਰੰਤ ਤੈਨੂੰ ਮੈਂ ਮੁਖਾ ਦੇਹੀ ਪ੍ਰਾਪਤ ਹੋਈ ਹੈ ਤੇ ਸਤਿਗੁਰ ਕਹਿੰਦੇ ਸਾਰੀਆਂ ਗੁਣਾਂ ਭੋਗਣ ਤੋਂ ਉਪਰੰਤ ਮਾਲਕ ਨੇ ਤੇਰੇ ਤੇ ਤਰਸ ਖਾ ਕੇ ਤੇਰੇ ਤੇ ਕਿਰਪਾ ਕੀਤੀ ਹੈ ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਈਆ ਅਵਰ ਕਾਜ ਤੇਰੇ ਕਿਤੇ ਨਾ ਤਾਮ ਮਿਲ ਸਾਰ ਸੰਗਤ ਭਜ ਕੇਵਲ ਨਾਮ ਸ਼ਰਨ ਮਿੱਤਰਾ ਆਪਣਾ ਤੂੰ ਪ੍ਰਬੰਧ ਕਰ ਲੈ ਕਾਹਦੇ ਲਈ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਸ਼ਰਨ ਜਾਣ ਲਾਗ ਭਵਜਲ ਤਰਨ ਕਹਿ ਜੇ ਪ੍ਰਬੰਧ ਨਾ ਕੀਤਾ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਕਹਿੰਦੇ ਦੁਨੀਆਂ ਦੇ ਝਮੇਲਿਆਂ ਦੇ ਵਿੱਚ ਦੁਨੀਆਂ ਦੇ ਰੰਗਾਂ ਵਿੱਚ ਤੇਰਾ ਜਨਮ ਬਿਰਥਾ ਚਲਾ ਜਾਏਗਾ ਬੀਤ ਜੈ ਹੈ ਬੀਤ ਜੈ ਜਨਮ ਅਕਾਜ ਇਹ ਸਤਿਗੁਰ ਕਹਿੰਦੇ ਆਖਣ ਔਖਾ ਸਾਚਾ ਨਾਮ ਕਹਿੰਦੇ ਗੁਰਬਾਣੀ ਚੰਗੇ ਕੰਮ ਕਰਨੇ ਔਖੇ ਨੇ ਸਤਿਗੁਰਾਂ ਨੇ ਉਦਾਹਰਨ ਦਿੱਤੀ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਸਤਿਗੁਰੂ ਜੀ ਕਹਿੰਦੇ ਜੇ ਕੋਈ ਬੁਰਾ ਕੰਮ ਕਰਨਾ ਇਹ ਪਿੱਛੇ ਨੇ ਕਹਿੰਦੇ ਇਹ ਮਨੁੱਖ ਖੜਾ ਹੋ ਜਾਂਦਾ ਤੇ ਜੇ ਕਿਤੇ ਚੰਗਾ ਕੰਮ ਕਰਨਾ ਨਾਮ ਕੀ ਬੇਲਾ ਪੈ ਪੈ ਸੋਇਆ ਮਨ ਕਹਿੰਦੇ ਤੇਰਾ ਸੁੱਤਾ ਰਹਿੰਦਾ ਤਾਂ ਹੀ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਬੜੀ ਸੋਹਣੀ ਉਦਾਹਰਨ ਦਿੱਤੀ ਭਗਤ ਨਾਮਦੇਵ ਜੀ ਨੇ ਕਹਿੰਦੇ ਤੇਰਾ ਮਨ ਕਿਉਂਕਿ ਪਰਮੇਸ਼ਰ ਨੇ ਤੈਨੂੰ ਸੰਸਾਰ ਵਿੱਚ ਮਨੁੱਖ ਬਣਾ ਕੇ ਭੇਜਿਆ ਹੈ ਤੇਰੇ ਧੀਆਂ ਪੁੱਤਰ ਨੇ ਤੇਰਾ ਪਰਿਵਾਰ ਹੈ ਤੇਰੇ ਸਾਕ ਸੰਬੰਧੀ ਨੇ ਰਿਸ਼ਤੇਦਾਰੀਆਂ 'ਚ ਤੈਨੂੰ ਵਰਤਣਾ ਪੈਣਾ ਘਰ ਨੂੰ ਚਲਾਉਣਾ ਪੈਣਾ ਕਹਿੰਦੇ ਤੇ ਇਹ ਡਿਊਟੀ ਨਿਭਾਉਂਦਿਆਂ ਕੀ ਕਰਨਾ ਤੇਰਾ ਮਨ ਗੁਰੂ ਦੇ ਨਾਲ ਕਿਵੇਂ ਜੁੜਿਆ ਹੋਵੇ ਬੜੀ ਸੋਹਣੀ ਉਦਾਹਰਨ ਦਿੱਤੀ ਭਗਤ ਨਾਮਦੇਵ ਜੀ ਨੇ ਆ ਪਿੱਛੇ ਬਸੰਤ ਲੰਘਿਆ ਸਤਿਗੁਰਾਂ ਨੇ ਉੱਥੋਂ ਉਦਾਹਰਨ ਦਿੱਤੀ ਕਹਿੰਦੇ ਬੱਚਾ ਕੀ ਕਰਦਾ ਹੈ ਆਨੀ ਦੇ ਕਾਗਜ਼ ਕਾਟੀ ਲੈ ਗੁੱਡੀ ਆਕਾਸ਼ ਮੱਤੇ ਭਰਮੀ ਹਰੇ ਕਿਉਂਕਿ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਚਲੇ ਸਭ ਨੇ ਜਾਣਾ ਤੋ ਜਿਨ੍ਹਾਂ ਦੇ ਪਰਥਾਏ ਬੈਠੇ ਆ ਕਾਹਦੇ ਲਈ ਅਰਦਾਸ ਕਰਨ ਵਾਸਤੇ ਆਏ ਹਨ ਉਹ ਚਲੇ ਗਏ ਚਲੇ ਆਪਾਂ ਨੇ ਵੀ ਜਾਣਾ ਪਰ ਸਤਿਗੁਰੂ ਜੀ ਕਹਿੰਦੇ ਆਪਣੇ ਅੰਤ ਤੋਂ ਅੰਤ ਆਉਣ ਤੋਂ ਪਹਿਲਾਂ ਉਸ ਬੇਅੰਤ ਗੁਰੂ ਦੇ ਨਾਲ ਜੁੜ ਜਾ ਉਦਾਹਰਨ ਵੀ ਦਿੱਤੀ ਜਿਹੜਾ ਧਿਆਨ ਦੇਣਾ ਬਹੁਤ ਸੋਹਣੀ ਉਦਾਹਰਨ ਹੈ ਭਗਤ ਨਾਮਦੇਵ ਜੀ ਗੁਰਬਾਣੀ ਵਿੱਚ ਦਿੰਦੇ ਨੇ ਕਹਿੰਦੇ ਆਨੀ ਲੈ ਕਾਗਜ਼ ਕਹਿੰਦੇ ਬੱਚਾ ਕੀ ਕਰਦਾ ਹੈ ਅੱਜ ਤੋਂ 12-13-15 ਸਾਲ ਪਹਿਲਾਂ ਦੇਖੀਏ ਤੇ ਇੱਦਾਂ ਦਾ ਜ਼ਮਾਨਾ ਸੀ ਅੱਜ ਕੀ ਹੈ ਜੇ ਪਤੰਗ ਖਰੀਦਣਾ ਤਿਆਰ ਕੀਤਾ ਦੁਕਾਨ ਤੋਂ ਮਿਲ ਜਾਂਦਾ ਹੈ 15-20 ਸਾਲ ਪਹਿਲਾਂ ਕੀ ਸੀ ਆਨੀ ਲੈ ਕਾਗਜ਼ ਕਹਿੰਦੇ ਬੱਚਾ ਕੀ ਕਰਦਾ ਮਾਂ ਬਾਪ ਕੋਲੋਂ ਪੈਸੇ ਲੈ ਕੇ ਦੁਕਾਨ ਤੇ ਜਾਂਦਾ ਹੈ ਉੱਥੋਂ ਕੀ ਕਰਦਾ ਹੈ ਕਾਗਜ਼ ਖਰੀਦ ਕੇ ਲਿਆਉਂਦਾ ਹੈ ਭਗਤ ਨਾਮਦੇਵ ਜੀ ਕਹਿੰਦੇ ਕਾਟੀ ਲੈ ਗੁੱਡੀ ਕਹਿੰਦੇ ਉਹਨੂੰ ਕੱਟ ਕੇ ਪਤੰਗ ਤਿਆਰ ਕਰਦਾ ਹੈ ਫਿਰ ਕੀ ਕਰਦਾ ਡੋਰ ਪਾ ਕੇ ਆਕਾਸ਼ ਮੱਧੇ ਭਰਮੀ ਵਾਲੀ ਆਕਾਸ਼ ਨੂੰ ਕਹਿੰਦੇ ਉਡਾਉਂਦਾ ਹੈ ਤੇ ਸਤਿਗੁਰ ਕਹਿੰਦੇ ਧਿਆਨ ਦਿਆ ਜੀ ਕਿਵੇਂ ਪੰਜ ਜਣਾ ਸੋ ਬਾਤ ਬਤਾਊਆ ਕਹਿੰਦੇ ਉਹ ਕੱਲਾ ਬੱਚਾ ਨਹੀਂ 5-7 ਸਾਥੀ ਉਹਦੇ ਨਾਲ ਹੋਰ ਨੇ ਕਹਿੰਦੇ ਉਹਨਾਂ ਦੇ ਨਾਲ ਗੱਲਾਂ ਕਰਦਾ ਹੈ ਧਿਆਨ ਕਿੱਥੇ ਆ ਤੀਤ ਸੋ ਡੋਰੀ ਰਾਖੀ ਕਹਿੰਦੇ ਜਿਹੜਾ ਉਹਦਾ ਦਿਲ ਹੈ ਜਿਹੜਾ ਮਨ ਹੈ ਜਿਹੜਾ ਚਿੱਤ ਹੈ ਉਹ ਡੋਰ ਵਿੱਚ ਹੈ ਪਤੰਗ ਵਿੱਚ ਹੈ ਕਿ ਮੇਰੀ ਪਤੰਗ ਡਿੱਗ ਨਾ ਜਾਏ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜੋ ਮਰਜ਼ੀ ਕੰਮ ਕਾਰ ਕਰੀ ਜਾ ਕਈ ਵਾਈ ਜਾ ਹਥੌੜਾ ਚਲਾਈ ਜਾ ਟਰੈਕਟਰ ਚਲਾ ਜਿੰਨੇ ਵੀ ਤੂੰ ਸਤਿਗੁਰਾਂ ਨੇ ਮੁੱਢਲਾ ਉਪਦੇਸ਼ ਕੀ ਹੈ ਨਾਮ ਜਪਣਾ ਕਿਰਤ ਕਰ ਕਹਿਣ ਲੱਗੇ ਭਗਤ ਨਾਮਦੇਵ ਜੀ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਦੇ ਗੁਰੂ ਸਨ ਕਹਿਣ ਲੱਗੇ ਕਿ ਪਰਮੇਸ਼ਰ ਦਾ ਨਾਮ ਕਿਵੇਂ ਜਪਣਾ ਚਾਹੀਦਾ ਕਿਤੇ ਬੈਠ ਕੇ ਕਹਿੰਦੇ ਜੇ ਭਾਈ ਤੇਰੇ ਧੀਆਂ ਪੁੱਤਰ ਨੇ ਜੇ ਤੈਨੂੰ ਕਿਰਤ ਕਰਨੀ ਪੈਣੀ ਤੈਨੂੰ ਹਲ ਵਾਹੁਣੇ ਪੈਣੇ ਨੇ
ਤੇ ਕੀ ਕਰ ਨਾਮਾ ਕਹਿ ਤਲੋਚਨਾ ਮੁਕਤੇ ਨਾਮ ਸੰਭਾਲ ਖਾਤ ਪਉ ਕਰ ਕਾਮ ਸਭ ਠੀਕ ਨਿਰੰਜਨ ਨਾਲ ਕਹਿੰਦੀ ਹੱਥਾਂ ਦੇ ਨਾਲ ਆਪਣੇ ਕੰਮ ਕਾਰ ਕਰ ਕਿਰਤ ਕਰ ਚਾਹੇ ਤੂੰ ਦਰਜੀ ਕੱਪੜੇ ਸੀ ਰਿਹਾ ਕੋਈ ਵੀ ਕਹਿੰਦੇ ਤੂੰ ਜੋਬ ਕਰਦਾ ਸ਼ੋਪ ਕਰਦਾ ਤੇਰਾ ਮਨ ਗੁਰੂ ਦੇ ਨਾਲ ਜੁੜਿਆ ਅਗਲੀ ਉਦਾਹਰਨ ਚ ਦਿੱਤੀ ਭਗਤ ਨਾਮਦੇਵ ਜੀ ਨੇ ਆਨੀ ਲੇ ਕੁੰਭ ਭਰਾਈ ਲੇ ਉਦਕ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਪਤੀ ਬੜਾ ਸੋਹਣਾ ਸ਼ਬਦ ਵਰਤਿਆ ਕਹਿੰਦੇ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਆਰ ਪਰੰਦਰੀਏ ਪੁਰਾਣੇ ਸਮੇਂ ਦੀ ਗੱਲ ਕੀਤੀ ਕਹਿੰਦੇ ਕੀ ਹੁੰਦਾ ਸੀ ਅੱਜ ਵਾਲਾ ਪ੍ਰਬੰਧ ਨਹੀਂ ਸੀ ਭਰ ਕੇ ਭੈਣਾਂ ਲਿਆਉਂਦੀਆਂ ਸਨ ਕੀ ਕਰਨਾ ਚਾਰ ਚਾਰ ਪੰਜ ਪੰਜ ਗਾਗਰਾਂ ਘੜੇ ਸਿਰ ਤੇ ਚੱਕ ਕੇ ਜਾਣਾ ਉਦਾਹਰਨ ਦਿੱਤੀ ਮਾਤਾਵਾਂ ਦੀ ਭੈਣਾਂ ਦੀ ਆਨੀ ਦੇ ਕੁੰਭ ਕਹਿੰਦੇ ਨੇ ਘੜੇ ਨੂੰ ਭਰਾਈ ਲੈ ਉਦ ਪਾਣੀ ਭਰ ਲੈਣਾ ਰਾਜ ਦੁਆਰ ਪਰੰਦਰੀਏ ਕਹਿੰਦੇ ਉਹਨਾਂ ਚ ਬਜ਼ੁਰਗ ਮਾਤਾਵਾਂ ਨੌਜਵਾਨ ਭੈਣਾਂ ਹੋਣੀਆਂ ਕਹਿੰਦੇ ਸਾਰੀਆਂ ਨੇ ਚਾਰ ਚਾਰ ਪੰਜ ਪੰਜ ਛੇ ਛੇ ਘੜੇ ਭਰ ਕੇ ਸਿਰ ਤੇ ਰੱਖਣੇ ਹਸਤ ਵਿਨੋਦ ਵਿਚਾਰ ਕਰਤੀ ਹੈ ਕਹਿੰਦੇ ਜਾਂਦਿਆਂ ਆਉਂਦਿਆਂ ਗੱਲਾਂ ਕਰਨੀਆਂ ਹੱਸਣਾ ਮਨ ਕਿੱਥੇ ਸੀ ਚੀਰ ਸੋ ਗਾਗਰ ਕਹਿੰਦੇ ਚਿੱਤ ਚਾਰ ਦਸ ਜਾਗੈ ਗਊ ਪਿਆਰ ਸਾਜੀ ਅਲੀ ਕਹਿੰਦੇ ਗਵਾਲਾ ਕੀ ਕਰਦਾ ਆਪਣੇ ਘਰ ਤੋਂ ਗਵਾਂ ਨੂੰ ਛੱਡ ਕੇ ਪੰਜ ਪੰਜ ਕੋਹ ਦੂਰ ਲੈ ਜਾਂਦਾ ਗਾਵਾਂ ਚਰਦੀਆਂ ਨੇ ਪਸ਼ੂ ਚਰਦੇ ਨੇ ਉਦਾਹਰਨ ਦਿੱਤੀ ਮੰਦਰ ਏਕ ਵਾਰ ਬਸ ਜਾ ਕੇ ਗਊ ਚਰਾਵਨ ਸਾਜੀ ਅਲੇ ਕਹਿੰਦੇ ਪਾਂਚ ਕੋਸ ਪਰ ਗਊ ਚਰਾਵਤ ਪੰਜ ਪੰਜ ਕੋ ਕਹਿੰਦੇ ਕੋਹਾਂ ਦੂਰ ਕਹਿੰਦੇ ਗਊਆਂ ਚਲਦੀਆਂ ਨੇ ਤੇ ਗਊਆਂ ਦਾ ਧਿਆਨ ਕਿੱਥੇ ਆ ਚੀਰ ਸੋ ਬਛੜਾ ਰਾਖੀ ਅਲੇ ਕਹਿੰਦੇ ਜਿਹੜਾ ਗਊਆਂ ਦਾ ਧਿਆਨ ਕਿੱਥੇ ਆ ਜਿਹੜੇ ਘਰ ਵਿੱਚ ਨਿੱਕੇ ਨਿੱਕੇ ਉਹਨਾਂ ਦੇ ਬੱਚੇ ਕਿੱਲਿਆਂ ਦੇ ਨਾਲ ਕਹਿੰਦੇ ਜਿਹੜੇ ਗਾਂ ਪੰਜ ਪੰਜ ਕੋਹਾਂ ਦੂਰ ਚਰਦੀ ਏ ਧਿਆਨ ਘਰ ਦੇ ਕੋਈ ਬੱਚੇ ਵਿੱਚ ਹੈ ਕਹਿੰਦੇ ਇਸੇ ਤਰ੍ਹਾਂ ਜਿੱਥੇ ਵੀ ਤੂੰ ਮਰਜ਼ੀ ਤੁਰਦਾ ਫਿਰਦਾ ਤੇਰਾ ਮਨ ਗੁਰੂ ਨਾਲ ਜੁੜਿਆ ਹੋਵੇ ਉਹਨੇ ਕੀ ਕਰਦੀ ਏ ਵਿਆਹੀ ਭੈਣ ਕਹਿੰਦੇ ਛੋਟਾ ਜਿਹਾ ਬੱਚਾ ਇੱਕ ਦੋ ਮਹੀਨੇ ਦਾ ਭਗਤ ਨਾਮਦੇਵ ਜੀ ਨੇ ਉਦਾਹਰਨ ਦਿੱਤੀ ਗੁਰਬਾਣੀ ਦੇ ਵਿੱਚ ਕੀ ਕਰਦੀ ਏ ਬੱਚੇ ਨੂੰ ਕਹਿੰਦੇ ਲਪੇਟ ਕੇ ਪੰਘੂੜੇ ਚ ਪਾ ਦਿੰਦੀ ਕਹਿਤ ਨਾਮ ਦਿਓ ਸੁਣਹੋ ਤਲੋਚਨ ਬਾਲਕ ਪਾਲਨ ਪੌਡੀ ਅਲੇ ਅੰਦਰ ਬਾਹਰ ਤਾਜ ਗੁਰੂ ਦੀ ਚੀਤ ਸੋ ਬਾਲਕ ਰਾਖੀ ਅਲੇ ਕਹਿੰਦੇ ਅੰਦਰ ਬਾਹਰ ਹਵੇਲੀ ਦੇ ਕੰਮ ਕਾਰ ਝਾੜੂ ਮਾਂਜਾ ਪੋਚੇ ਜੋ ਵੀ ਕਹਿੰਦੇ ਉਹ ਭੈਣ ਉਹ ਮਾਂ ਕਰਦੀ ਏ ਆਪਣੇ ਕੰਮ ਕਾਰ ਕਰੀ ਜਾ ਰਹੀ ਹੈ ਕਹਿੰਦੇ ਉਹ ਭੈਣ ਦਾ ਉਸ ਮਾਂ ਦਾ ਧਿਆਨ ਕਿੱਥੇ ਹੈ ਜਿਹੜਾ ਬੱਚਾ ਘੂੜੇ ਵਿੱਚ ਕਹਿੰਦੇ ਪਿਆ ਹੋਇਆ ਉੱਥੇ ਧਿਆਨ ਕਹਿੰਦੇ ਇਸੇ ਤਰ੍ਹਾਂ ਭਾਈ ਤੂੰ ਹੀ ਆਪਣਾ ਚਿੱਤ ਆਪਣਾ ਮਨ ਹਮੇਸ਼ਾ ਗੁਰੂ ਦੇ ਨਾਲ ਜੋੜ ਕੇ ਰੱਖ ਕਿ ਗੁਰੂ ਨੇ ਕਿਉਂ ਭੇਜਿਆ ਹੈ ਗੁਰੂ ਨੇ ਸੰਸਾਰ ਤੇ ਜਨਮ ਦੇ ਕੇ ਸਾਨੂੰ ਮਨੁੱਖ ਬਣਾ ਕੇ ਕਿਉਂ ਭੇਜਿਆ ਹੈ ਉਦਾਹਰਨ ਦਿੱਤੀ ਕਿ ਨਾਮ ਤੋਂ ਬਿਨਾਂ ਤੂੰ ਕਿਵੇਂ ਦਾ ਹੈ ਬੜੀ ਸੋਹਣੀ ਉਦਾਹਰਨ ਦਿੱਤੀ ਨਾਨਕ ਦੇਵ ਸਾਹਿਬ ਚਾਰ ਉਦਾਹਰਨ ਕਹਿੰਦੇ ਬੁੱਧ ਬਿਨ ਧੇਣ ਪੰਖ ਬਿਨ ਪੰਖੀ ਜਲ ਬਿਨ ਉਤ ਉਜ ਕਾਮ ਨਹੀਂ ਕਿਆ ਸੁਲਤਾਨ ਸਲਾਮ ਹੁੰਦਾ ਅੰਧੀ ਪੋਖੀ ਤੇਰਾ ਨਾਮ ਦੁੱਧ ਬਿਨ ਧੇਣ ਧੇਣ ਕਹਿੰਦੇ ਨੇ ਗਊ ਕਹਿੰਦੇ ਜਿਵੇਂ ਅਵਾਰਾ ਗਊਆਂ ਦੁੱਧ ਤੋਂ ਬਿਨਾਂ ਤੁਰੀਆਂ ਫਿਰਦੀਆਂ ਨੇ ਸਾਡੇ ਖੇਤ ਚੋਂ ਆਉਂਦੀਆਂ ਨੇ ਅਸੀਂ ਕੁੱਟ ਕੇ ਅੱਗੇ ਕਰਦੇ ਨੇ ਅਗਲੇ ਖੇਤ ਦਾ ਮਾਲ ਫਿਰ ਕੁੱਟਦਾ ਤਰਪੱਗੀ ਕਰਦੇ ਕਹਿੰਦੇ ਤੇਰੀ ਦੁਰਦਸ਼ਾ ਕਿੱਦਾਂ ਦੀ ਏ ਜਿਵੇਂ ਦੁੱਧ ਤੋਂ ਬਿਨਾਂ ਅਵਾਰਾ ਗਊਆਂ ਤੁਰੀਆਂ ਫਿਰਦੀਆਂ ਨੇ ਜੇ ਤੂੰ ਨਾਮ ਨਹੀਂ ਜਪਦਾ ਸਮਝਣੀ ਉਸ ਗਾਂ ਦਾ ਪੰਖ ਬਿਨ ਪੰਛੀ ਤੇ ਜਿਵੇਂ ਕਹਿੰਦੇ ਪੰਛੀ ਉਡਾਰੀਆਂ ਮਾਰਦਾ ਉੱਡਦਾ ਕਹਿੰਦੇ ਜੇ ਪੰਛੀ ਦੇ ਖੰਭ ਟੁੱਟ ਜਾਣ ਕਹਿੰਦੇ ਜਾਂ ਪੰਛੀ ਨੂੰ ਪਤਾ ਜਾਂ ਪਰਮੇਸ਼ਰ ਨੂੰ ਪਤਾ ਕਿ ਕਿਵੇਂ ਆਪਣੇ ਆਪ ਨੂੰ ਨਕੋੜ ਹੋ ਕੇ ਆਪਣਾ ਬਚਾਅ ਕਰਕੇ ਦੁਨੀਆਂ ਚ ਜੀਂਦਾ ਹੈ ਕਹਿੰਦੇ ਜਿਵੇਂ ਕਿੱਲੇ ਮੰਨ ਲਓ ਤੇਰੇ ਕੋਲ 50 ਕਿੱਲੇ ਜ਼ਮੀਨ ਹੈ ਕਹਿੰਦੇ ਪਰ ਉਹਨਾਂ 50 ਕਿੱਲਿਆਂ ਵਿੱਚ ਕੋਈ ਵੀ ਪਾਣੀ ਦਾ ਪ੍ਰਬੰਧ ਨਹੀਂ ਜਲ ਬਿਨ ਉਤ ਕੁਝ ਕਾਮ ਨਹੀਂ ਕਹਿੰਦੇ ਜਿਵੇਂ ਜਲ ਤੋਂ ਬਿਨਾਂ ਕੋਈ ਵੀ ਕਦੇ ਚੀਜ਼ ਪੂੰਗਰੇਗੀ ਨਹੀਂ ਉਹ ਮਿੱਟੀ ਉਹ ਜ਼ਮੀਨ ਬੰਜਰ ਹੈ ਇਸੇ ਤਰ੍ਹਾਂ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰਾ ਹਿਰਦਾ ਤੂੰ ਬੰਜਰ ਹੈ ਜਲ ਬਿਨ ਉਤ ਕੁਝ ਕਾਮ ਨਹੀਂ ਕਿਆ ਸੁਲਤਾਨ ਸੁਲਤਾਨ ਕਹਿੰਦੇ ਨੇ ਰਾਜੇ ਨੂੰ ਸਲਾਮ ਵੀ ਹੋਣਾ ਪੁਰਾਣੇ ਸਮੇਂ ਦੀ ਗੱਲ ਕੀਤੀ ਏ ਕਈ ਕਈ ਨਗਰ ਕਈ ਕਈ ਇਲਾਕੇ ਇੱਕ ਰਾਜੇ ਦੇ ਕੋਲ ਹੁੰਦੇ ਸਨ ਕਹਿੰਦੇ ਉਹ ਰਾਜਾ ਸੌ ਵਾਰੀ ਕਹੇ ਕਿ ਇਹ ਇਲਾਕਾ ਮੇਰਾ ਹੈ
ਮੈਂ ਸਾਰਿਆਂ ਦਾ ਰਾਜਾ ਹਾਂ। ਕਹਿੰਦੇ ਪਰ ਮੈਨੂੰ ਕੋਈ ਵੀ ਕਿਆ ਸੁਲਤਾਨ ਸਲਾਮ ਵੀ ਹੁੰਦਾ ਸਲਾਮ ਕਹਿੰਦੇ ਨੇ ਕਿਸੇ ਨੂੰ ਸਾਸੇ ਪਿਆਰ ਦੇ ਨਾਲ ਉਹਨੂੰ ਬੁਲਾਉਂਦੇ ਤੇ ਕਹਿੰਦੇ ਜੇ ਉਹਨੂੰ ਕੋਈ ਵੀ ਨਾਂ ਬੁਲਾਵੇ ਤੇ ਉਹ ਕਹਿੰਦਾ ਸਰਪੰਚ ਹੈ ਉਹ ਕਹਿੰਦਾ ਕਿਆ ਸੁਲਤਾਨ ਸਲਾਮ ਵੀ ਹੋਣਾ ਅੰਧੀ ਕੋਠੀ ਤੇਰਾ ਨਾਮ ਨਹੀਂ। ਕਹਿੰਦੇ ਜਿਵੇਂ ਸਲਾਮ ਤੋਂ ਬਿਨਾਂ ਉਹ ਸਰਪੰਚ ਦੁੱਧ ਤੋਂ ਬਿਨਾਂ ਕਹਿੰਦੇ ਗਊ ਪਰਾਂ ਤੋਂ ਬਿਨਾਂ ਪੰਛੀ ਜਲ ਤੋਂ ਬਿਨਾਂ ਜ਼ਮੀਨ ਬੱਜਲ ਹੈ ਇਸੇ ਤਰ੍ਹਾਂ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਚੰਗੇ ਕਰਮਾਂ ਤੋਂ ਬਿਨਾਂ ਤੂੰ ਕਹਿੰਦੇ ਬੰਦਿਆ ਅਧੂਰਾ ਹੈ ਕੀ ਕਰ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਕਹਿੰਦੇ ਜਿੰਨੇ ਮਰਜ਼ੀ ਮਹਿੰਗੇ ਮਹਿੰਗੇ ਰੁਮਾਲੇ ਚੜ੍ਹਾਈ ਜਾ ਜਿੰਨੇ ਮਰਜ਼ੀ ਪ੍ਰਸ਼ਾਦ ਪਵਾਈ ਜਾ ਜਿੰਨੇ ਮਰਜ਼ੀ ਪਾਠ ਕਰੀ ਜਾ ਜਿੰਨਾ ਚਿਰ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ ਜਿੰਨਾ ਚਿਰ ਆਪਣੇ ਮਾਂ ਬਾਪ ਦਾ ਸਤਿਕਾਰ ਨਹੀਂ ਕਰਦਾ ਕਹਿੰਦੇ ਸਾਰਾ ਕੋਈ ਤੇਰਾ ਉਰਲੇ ਫਲ ਹੈ। ਤੋ ਮੇਰੀ ਬੇਨਤੀ ਹੈ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਬੁਰਾ ਭਲਾ ਕੋ ਕਿਸਮ ਕਹੀ ਹੈ ਸਗਲੇ ਜੀ ਤੁਹਾਰੇ। ਕਹਿੰਦੇ ਐਵੇਂ ਆਪਣੀ ਵੋਟਾਂ ਦੀ ਖਾਤਰ ਆਪਣੀ ਮੈਂਬਰੀ ਦੀ ਖਾਤਰ ਸਰਪੰਚੀ ਦੀ ਖਾਤਰ ਕਿਸੇ ਨੂੰ ਕਿਉਂ ਬੁਰਾ ਭਲਾ ਬੋਲਦਾ ਹੈ ਇਹ ਸਾਰਾ ਕੁਝ ਇੱਥੋਂ ਦਾ ਇੱਥੇ ਰਹਿ ਜਾਣਾ ਹੈ ਕਿ ਕਰ ਇਹਨਾਂ ਦੇ ਵਿੱਚ ਉਸ ਪਰਮੇਸ਼ਰ ਨੂੰ ਦੇਖ ਇਹਨਾਂ ਦੇ ਵਿੱਚ ਕਿਉਂਕਿ ਅਸੀਂ ਇੱਕ ਪਾਸੇ ਗੁਰੂ ਨੂੰ ਮੱਥਾ ਟੇਕਦੇ ਹਾਂ ਤੇ ਗੁਰੂ ਕੀ ਕਹਿੰਦਾ ਗੁਰੂ ਕਹਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹਨਾਂ ਸਾਰਿਆਂ ਚ ਉਹ ਗੋਬਿੰਦ ਉਹ ਪਰਮੇਸ਼ਰ ਆਪ ਵਸਦਾ ਹੈ ਤੇ ਕਹਿੰਦੇ ਜੇ ਇਹਨਾਂ ਦਾ ਤੂੰ ਮਾੜਾ ਸੋਚੇਂਗਾ ਇਹਨਾਂ ਦਾ ਮਾੜਾ ਕਰੇਂਗਾ ਸਤਿਗੁਰੂ ਕਹਿੰਦੇ ਭਾਈ ਫਿਰ ਤੇਰਾ ਭਲਾ ਕਿੱਥੇ ਹੋਏਗਾ ਕੀ ਕਰ ਹਰ ਇੱਕ ਦਾ ਭਲਾ ਮੰਗ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਆਓ ਬੜੇ ਪਿਆਰ ਦੇ ਨਾਲ ਇਹੀ ਸ਼ਰਧਾ ਦੇ ਫੁੱਲ ਹਨ ਜੇ ਅਸੀਂ ਸਤਿਗੁਰਾਂ ਦੀ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਤਿੰਨਾਂ ਦੇ ਕੋਲੋਂ ਦੁਨੀਆਂ ਤੇ ਵਿਚਰਦਿਆਂ ਸੇਵਾ ਕਰਦਿਆਂ ਸਿਮਰਨ ਕਰਦਿਆਂ ਗੁਰਬਾਣੀ ਪੜ੍ਹਦਿਆਂ ਬੇਅੰਤ ਫੁੱਲਾਂ ਹੋਈਆਂ ਨੇ। ਕਈ ਵਾਰੀ ਗੁਰੂ ਦੇ ਗ੍ਰੰਥੀ ਸਿੰਘ ਅਰਦਾਸ ਕਰਦੇ ਨੇ ਕਿ ਫੁੱਲਾਂ ਹੋਈਆਂ ਹੋਣਗੀਆਂ ਨਹੀਂ ਅਸੀਂ ਭੁੱਲਣ ਹਾਰ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕੀ ਕਹਿੰਦੇ ਨੇ ਕਤੇ ਬਹੁਤ ਕਮਾਮ ਦੇ ਇਸ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਣ ਹੈ ਅੰਕਾਰ ਹਮ ਅਪਰਾਧੀ ਸਤ ਭੂਲ ਤੇ ਤੁਮ ਬਖਸ਼ਣ ਹਾਰੇ ਮਾਨ ਕਰੋ ਤੁਧ ਉਪਰੇ ਮੇਰੇ ਸੀਤਮ ਪਿਆਰੇ ਅਸੀਂ ਅਪਰਾਧੀ ਹਾਂ ਅਸੀਂ ਗੁਨਾਹਗਾਰ ਹਾਂ ਸਤਿਗੁਰੂ ਜੀ ਆਪ ਕਿਰਪਾ ਕਰਿਆ ਜੀ ਆਓ ਬੜੇ ਪਿਆਰ ਦੇ ਨਾਲ ਸਤਿਕਾਰ ਯੋਗ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਹਾਂ। ਸ਼ਰਧਾ ਦੇ ਫੁੱਲ ਕੀ ਹਨ ਭਗਤ ਕਬੀਰ ਜੀ ਦਾ ਸ਼ਬਦ ਹੈ ਕਹਿ ਕਬੀਰ ਸੁਣੋ ਰੇ ਸੰਤੋ ਸੇਤ ਹੀ ਕਰੋ ਨਵੇਰਾ ਅਬ ਕੀ ਬਾਲ ਬਖਸ਼ ਬੰਦੇ ਕਹੋ ਬੌਰ ਨਾ ਭਗਜਨ ਤੇਰਾ ਆਓ ਬੜੇ ਪਿਆਰ ਦੇ ਨਾਲ ਇਸ ਸ਼ਬਦ ਦਾ ਗਾਇਨ ਕਰਕੇ ਉਪਰੰਤ ਨਾਸਿਆ ਦਾ ਪਾਠ ਤੇ ਫਿਰ ਅਰਦਾਸ ਬੇਨਤੀ ਕੀਤੀ ਜਾਏਗੀ। ਬਖਸ਼ ਬੰਦੇ ਕਹੋ ਅਬ ਕੀ ਬਾਲ ਅਬ ਕੀ ਬਾਤ।
ਸੱਚੇ ਬੰਦੇ। ਸਮੁੱਚੀ ਸੰਗਤ ਦੀ ਬੇਨਤੀ ਹੈ, ਸਮੁੱਚੀ ਸੰਗਤ ਦੀ ਅਰਦਾਸ ਹੈ ਕਿ ਆਪ ਕਿਰਪਾ ਕਰਿਆ ਜੀ, ਜਿੰਨੀ ਸਾਡੇ ਨਾਲ ਬਾਪੂ ਜੋਗਿੰਦਰ ਸਿੰਘ ਜੀ ਉਹਨਾਂ ਦੀ ਸਾਂਝ ਸੀ, ਸੋਹਣੀ ਨਿਭਾ ਕੇ ਗਏ ਆਪ ਕਿਰਪਾ ਕਰਿਆ ਜੀ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ, ਪਿੱਛੇ ਸਾਨੂੰ ਅਤੇ ਸਾਡੇ ਸਾਰੇ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਕਰਿਆ ਜੀ। ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ ਤੇ ਫਿਰ ਅਰਦਾਸ ਬੇਨਤੀ ਕੀਤੀ ਜਾਏਗੀ। ਆਓ ਜੀ। ਰਾਮ ਕਲੀ ਮਹੱਲਾ ਤੀਜਾ, ਅਨਰੀ ਸਤਿਗੁਰ ਪ੍ਰਸਾਦ, ਅਨੰਦ ਪਿਆ ਮੀਨਾ ਸਤਿਗੁਰ ਪਰਿਵਾਰ, ਤਿੰਨ ਸ਼ਬਦ ਬਾਬਣੀਆਂ ਸ਼ਬਦ ਕਾ ਗਾਵ ਹੋਈ ਮੇਰਾ ਬਾਗ ਨੇ ਵਸਾਇਆ, ਮਨ ਵਰਤ ਹੋਆ ਸਤਿਗੁਰ ਨੇ ਪਾਇਆ, ਤੇ ਮਨ ਮੇਰੇ ਅਰਥ ਸਦਾ ਹਰ ਨਾਮ ਨੇ, ਮਨ ਮਨ ਮੇਰੇ ਰੂਪ ਸਭ ਸਾਰਨਾ, ਅੰਮ੍ਰਿਤਾਰ ਹੋਏ ਤੇਰਾ ਪਾਰ ਸਭ ਸਵਾਰਨਾ, ਮਾਂਗਲਾ ਸੰਗਤ ਸੁਮਨ ਸੁਖਮ ਪ੍ਰਸਾਦ, ਮਨ ਮੇਰੇ ਸਦਾਰ ਹੋ ਹਰ ਲਾਲ, ਸਾਰੇ ਧਿਆਨ ਨਾਮ ਮਨ ਸਾਰੇ, ਨਾਮ ਜੀ ਮਨ ਵਸਿਆ ਵਜੇ ਸ਼ਬਦ ਸੁਨੇਹਾ, ਸ਼ਾਂਤ ਮਨ ਹੈ ਵਸਿਆ ਪਿੱਛਾ ਸਤਿ ਆਇਆ, ਕੁਰਬਾਨ ਪਿਤਾ ਗੁਰਬਿੰਦੋ ਵਡਿਆਇਆ, ਸ਼ਬਦ ਵਜੇ ਕਲਾ ਚੰਦਰ ਤਾਰਿਆ, ਪੰਜ ਤੋਂ ਵਸ ਕੇ ਕਾਲ ਕੰਕ ਮਾਰਿਆ, ਹਰ ਪਾਇਆ ਪਸੰਦ ਤੁਸੀਂ ਨਾਮ ਹਰ ਕੇ ਲਾਗੇ, ਕਹਿ ਨਾਨਕ ਬੈਸੋ ਵਰ ਕਰ ਅਨਹਦ ਵਾਜੇ, ਅੰਤ ਬੜ ਪਾਪਿਓ ਸਭ ਲੋਰ ਪੂਰੇ, ਮਾਰ ਬ੍ਰਹਮ ਪ੍ਰਭਾਇਆ ਕਰੇ ਸਗਲ ਵਸੋਰੇ, ਲੋਕ ਸੰਤਾਪ ਪੁੱਤਰ ਸੁਣੀ ਸਤੀ ਪਾਣੀ, ਸੰਤ ਸਾਜਨ ਪਏ ਸਤਿਗੁਰ ਰਹਿਆ ਪਰ ਤੁਜੇ, ਬਿਲਵੰਤ ਨਾਇ ਗੁਰ ਚਰਨ ਲਾਗੇ ਵਾਜੇ ਅਣਹਦ ਤੋਏ ਸਲੋ, ਪਵਨ ਗੁਰ ਪਾਣੀ ਪਿਤਾ ਮਾਤਾ ਤਰਸਾ ਹੱਥ, ਦਿਵਸ ਰਾਤ ਹੋਈ ਦਾਈ ਦਾਇਆ ਕਿਲੇ ਸਗਲ ਜਗਤ, ਤਕੀਆਂ ਦੁਨੀਆਂ ਵਾਜੇ ਕਰ ਮਹਤੂਰ, ਕਰਮੀਆਂ ਤੋਂ ਆਪਣੀ ਨਾਮ ਤਿਆ ਗਏ ਮਸ਼ਕ ਦਿਖਾ, ਨਾਨਕ ਤੇ ਸਤਿਗੁਰਾਂ ਦੀ ਗੁਰਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ ਬਿਆਨ ਅਨੇਕਾਂ ਗੁੱਲਾਂ ਕੀਤੀਆਂ ਨੇ। ਸੰਗਤ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਬਖਸ਼ ਲੈਣਾ ਗੁਰਬਾਣੀ ਦਾ ਸਤਿਕਾਰ ਕਰਦਿਆਂ ਸੰਗਤ ਵੱਲੋਂ ਪਰਿਵਾਰ ਵੱਲੋਂ ਬਿਆਨ ਭਾਵਾਂ ਹਾਜ਼ਰ ਕੀਤੀਆਂ ਹਨ। ਸਤਿਗੁਰੂ ਦੀ ਕਿਰਪਾ ਕਰਨ ਸਭਾ ਸੰਗਤਾਂ ਦੀਆਂ ਹਾਜ਼ਰੀਆਂ ਭਾਵਾਂ ਦਰਤੀ ਪ੍ਰਵਾਨ ਕਰਨ ਦਰੋਂ ਖਰੋਂ ਗੁਰਸਿੱਖੀ ਜੀ ਬਖਸ਼ਿਸ਼ ਕਰਨ, ਤੋ ਗੁਰੂ ਦੀ ਸੰਗਤ ਦੇ ਵਿੱਚ ਗੁਰੂ ਦੇ ਰੱਬ ਦੇ ਪਿਆਰੀ ਸੰਗਤ ਪੰਜ ਸਰਪੰਚ ਹੋਰ ਵੀ ਜੀ ਸਾਹਿਬ ਬਣ ਪਹੁੰਚੇ ਹਨ, ਸਾਰੀ ਸੰਗਤ ਗੁਰੂ ਦੇ ਬਾਣੀ ਦੇ ਵਿੱਚ ਹੈ, ਤੋ ਅਤਿ ਸਤਿਕਾਰਯੋਗ ਸਰਦਾਰ ਬਲਕਾਰ ਸਿੰਘ ਜੀ, ਸਰਦਾਰ ਸੁਖਚੈਨ ਸਿੰਘ ਜੀ, ਸਵਰਗਵਾਸੀ ਸਰਦਾਰ ਸੋਹਣ ਸਿੰਘ ਜੀ ਦਾ ਪਰਿਵਾਰ, ਸਰਦਾਰ ਜਸਵੰਤ ਸਿੰਘ ਜੀ, ਸਰਦਾਰ ਕੁਲਵੰਤ ਸਿੰਘ ਜੀ, ਸਮੁੱਚਾ ਸਿੱਧੂ ਪਰਿਵਾਰ, ਮੇਰੇ ਵੀਰ ਜੀ ਸਰਦਾਰ ਮਾਨ ਸਿੰਘ ਜੀ, ਬਾਈ ਅਮਰਜੀਤ ਸਿੰਘ ਜੀ ਸ਼ੇਰ ਖਾਂ, ਸਾਰੇ ਹੀ ਪਰਿਵਾਰ ਨੇ ਹੁਕਮ ਕੀਤਾ ਸੀ, ਸਾਰੇ ਹੀ ਪਰਿਵਾਰ ਦਾ ਹੁਕਮ ਮੰਨ ਕੇ ਇਹ ਜਥਾ ਗੁਰਦੁਆਰਾ ਜਾਮੀ ਸਿੰਘ ਤੋਂ ਪਹੁੰਚਿਆ ਸੀ। ਸੰਦੇਣੀ ਆ ਕਿ ਇਹ ਜਥਾ ਗੁਰਬਾਣੀ ਪੜ੍ਹਦਾ ਰਹੇ, ਗੁਰੂ ਘਰ ਦੀ ਸੇਵਾ ਕਰਦਾ ਰਹੇ। ਆਓ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਪਿਆਰ ਦੇ ਨਾਲ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰੀਏ, ਹੋਈਆਂ ਫੁੱਲਾਂ ਦੀ ਖੀਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੂੰ ਠਾਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਹ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੀਤਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲੈ ਧਿਆਇ।
ਸ੍ਰੀ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਤੇ ਸਭ ਪੁਜਾਏ ਤੀਕ ਬਹਾਦਰ ਸਿਮਰਿਆ ਕਰਨ ਆਉਣ ਦੀ ਆਵੈ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਤਾਏ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੋ ਸਿਵਜਾਦਿਆਂ ਚਾਲੀਆਂ ਮਿੱਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਤਰਕਰੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਵਤ ਖਾਲਸਾ ਜੀ ਕਿਰਦਾਸ ਹੈ ਸਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੁਤੇ ਆਵੈ ਤੁਤੇ ਆਵਨ ਕਾ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਰ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਪ੍ਰਸਾਦ ਦਾਨ ਸਾਹਦਾਨ ਦਾਨਾ ਸਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਕੀ ਮੱਤਾ ਤੇਰਾ ਕੀ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਰ ਸਤਿਗੁਰੂ ਨਿਉਟਿਆਂ ਦੀ ਔਰ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਸਤਿਗੁਰ ਜੀਓ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਗਰੀ ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਨਾ ਜਹ ਜਹ ਰੱਖੇ ਆਪ ਤਹਿ ਜਾਏ ਕਰੋਨਾ ਦੇ ਬਚਨ ਅਨੁਸਾਰ ਸਤਿਗੁਰ ਜੀਓ ਜੋਗਿੰਦਰ ਸਿੰਘ ਜੀ ਜਿੰਨੀ ਸਵਾਸਾਂ ਦੀ ਪੂੰਜੀ ਦੇ ਕੇ ਇਸ ਸੰਸਾਰ ਤੇ ਭੇਜਿਆ ਸੀ ਸਤਿਗੁਰੂ ਜੀਓ ਪਿਛਲੇ ਦਿਨਾਂ ਤੋਂ ਲੈ ਕਰ ਸਾਰੇ ਹੀ ਪਰਿਵਾਰ ਨੂੰ ਸਰੀਰ ਕਰਕੇ ਸਦਾ ਲਈ ਵਿਛੋੜਾ ਦੇ ਗਏ ਸਨ ਸਤਿਗੁਰੂ ਜੀਓ ਉਹਨਾਂ ਦਿਨ ਵਿੱਚ ਸਾਰਾ ਹੀ ਪਰਿਵਾਰ ਰਲ ਮਿਲ ਕੇ ਸਤਿਗੁਰੂ ਜੀਓ ਆਤਮਾ ਦੇ ਭਲੇ ਵਾਸਤੇ ਰੂਹ ਦੀ ਕਲਿਆਣਤਾ ਵਾਸਤੇ ਆਪ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਆਰੰਭ ਕਰਵਾਏ ਸਨ ਸਤਿਗੁਰੂ ਜੀਓ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਸੰਪੂਰਨ ਭੋਗ ਪਾਏ ਗਏ ਉਪਰੰਤ ਮਰਯਾਦਾ ਦੇ ਅਨੁਸਾਰ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ ਸਤਿਗੁਰ ਜੀਓ ਖੁੱਲੇ ਪੰਡਾਲਾਂ ਤੋਂ ਆਪ ਜੀਆਂ ਦੇ ਪ੍ਰਕਾਸ਼ ਵਿੱਚ ਆਪ ਜੀਆਂ ਨੇ ਕਿਰਪਾ ਕਰਕੇ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਗੁਰਮਤਿ ਵਿਚਾਰਾਂ ਕਰਨ ਦਾ ਬਲ ਉੱਦਮ ਸ਼ਕਤੀ ਬਖਸ਼ਿਸ਼ ਕੀਤੀ ਸਤਿਗੁਰ ਜੀਓ ਗੁਰਬਾਣੀ ਪੜ੍ਹਦੇ ਆ ਕੀਰਤਨ ਕਰਦੇ ਆ ਸਮੁੱਚੀ ਸੇਵਾ ਨਿਭਾਉਂਦੇ ਆ ਭੁੱਲਾਂ ਦੀ ਖਿਮਾ ਕਰਦੇ ਨੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਗਾਇਨ ਕਰਨ ਦਾ ਕੀਰਤਨ ਕਰਨ ਦਾ ਸੇਵਾ ਕਰਨ ਦਾ
ਬਲ ਉਦਮ ਚਾ ਬਖਸ਼ਣਾ ਪ੍ਰੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਤਾਂ ਦੇ ਹਿਰਦਿਆਂ ਤੇ ਵਸਾਉਣਾ ਸਰਬੱਤ ਸੰਤਾਂ ਦੀਆਂ ਹਾਜ਼ਰੀਆਂ ਟਾਵਾਂ ਕਰਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਣਾ ਸਤਿਗੁਰ ਜੀਓ ਆਪ ਜੀਆਂ ਨੇ ਕਿਰਪਾ ਕਰਨੀ ਤਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨ ਭਵਜਨ ਫੇਰਾ ਕਿਰਪਾ ਕਰਕੇ ਸਰਦਾਰ ਜੋਗਿੰਦਰ ਸਿੰਘ ਜੀ ਆਪਣੇ ਕਰਨਾ ਦੇ ਵਿੱਚ ਨਿਵਾਸ ਦੇਣਾ ਪਿੱਛੇ ਸਰਬੱਤ ਸੰਗਤ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਤਿਗੁਰ ਜੀਓ ਆਪ ਜੀਆਂ ਨੂੰ ਸੁਣੇ ਗਏ ਪਛਾਕੇ ਅਪਣਾਏ ਗਏ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ ਸਤਿਗੁਰ ਜੀਓ ਬਾਪੂ ਜੀ ਦੇ ਪ੍ਰਥਾਏ ਜੋ ਜੋ ਪਰਿਵਾਰ ਨੇ ਸੇਵਾਵਾਂ ਕੀਤੀਆਂ ਦਰ ਤੇ ਪ੍ਰਵਾਨ ਕਰਨੀਆਂ ਕਿਰਪਾ ਕਰਨੀ ਪਰਿਵਾਰ ਨੂੰ ਨਾਮ ਦੀ ਦਾਤ ਗੁਰਸਿੱਖੀ ਜੀਵਨ ਖੁਸ਼ੀਆਂ ਖੇੜੇ ਬਖਸ਼ਣੇ ਸਤਿਗੁਰ ਜੀਓ ਆਪ ਜੀਆਂ ਦੀ ਹਜ਼ੂਰੀ ਦੇ ਵਿੱਚ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨੇ ਹੋਏ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਕਿਰਪਾ ਕਰੋ ਪਵਿੱਤਰ ਹੁਕਮਨਾਮੇ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਦ ਦਾ ਪੜਾ ਦੋਹਰਾ ਗਿਆ ਪਈ ਅਕਾਲ ਕੀ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਸੋਰਠ ਮਹਲਾ ਪੰਜਵਾਂ ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਾ ਜਾਈਏ ਤਾਸ ਹਿੱਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੇ ਹੋ ਸਦਾ ਸੋ ਭਾਈ ਮਨ ਚਿੰਦੇ ਸਗਲੇ ਫਲ ਪਾਵੇ ਹੋ ਜੀ ਕੈ ਸੰਗ ਸਹਾਈ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਣਾ ਰੇ ਨਾਰਾ ਪਤਤ ਪ੍ਰੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਔਰ ਬ੍ਰਹਮ ਕਰੇ ਪ੍ਰਤਪਾਲਾ ਸੱਚੀ ਸੰਗ ਰਖਵਾਲਾ ਹਰ ਦਿਨ ਰਾਇਣ ਕੀਰਤਨ ਕਰਿਆਏ ਬਹੋੜ ਨਾ ਚੋਨੀ ਪਾਈਏ ਜਿਸ ਦੇਵ ਪੁਰਖ ਵਧਾਤਾ ਹਰ ਰਸਤ ਨਹੀਂ ਜਾਤਾ ਜਮ ਕੰਕਰ ਨੇੜ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵ ਪੁਰਖ ਵਧਾਤਾ ਹਰ ਰਸਤ ਨਹੀਂ ਜਾਤਾ ਜਮ ਕੰਕਰ ਨੇੜ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਬਸ ਮੈਂ ਤਾਂ ਬਸ
ਮਿੱਤਰ ਕੋਲ ਨੇ ਗੁਰਬਖੀ ਸਮੂਹ ਸਾਧ ਸੰਗਤ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਕਮ ਹੋਇਆ ਹੈ ਕਿ 5-7 ਮਿੰਟ ਵਾਸਤੇ ਬਾਪੂ ਜੀ ਦੀ ਯਾਦ ਦੇ ਵਿੱਚ ਵਿਚਾਰ ਸਾਂਝੇ ਕੀਤੇ ਜਾਣ। ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਭੋਗ ਪਾਏ ਗਏ ਹਨ, ਮੂਲ ਸਾਧ ਸੰਗਤ ਬਾਪੂ ਜੀ ਦੀ ਅੰਤਮ ਅਰਦਾਸ ਸ਼ਾਮਲ ਹੋਣ ਵਾਸਤੇ ਗੁਰੂ ਸਾਹਿਬ ਦੀ ਹਾਜ਼ਰੀ ਭਰ ਰਹੇ ਹੋ, ਕਿਉਂਕਿ ਗੁਰੂ ਸਾਹਿਬਾਂ ਦਾ ਨਿਰਮਾਣ ਹੈ। ਰਾਮ ਗਏ ਰਾਵਣ ਗਏ ਜਾਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਿਸੇ ਨਹੀਂ ਸੁਪਨੇ ਜੋ ਸੰਸਾਰ। ਇਹ ਸੰਸਾਰ ਸੁਪਨੇ ਦੀ ਨਹੀਂ ਹੈ, ਜਿਸ ਤਰ੍ਹਾਂ ਕਿ ਆਪਾਂ ਨੂੰ ਰਾਗੀ ਸਿੰਘਾਂ ਵੱਲੋਂ ਵੀ ਕਾਫੀ ਲੰਮੇ ਸਮੇਂ ਤੋਂ ਗੁਰਬਾਣੀ ਦੇ ਪ੍ਰਥਾਏ ਧਾਰਨਾ ਦੇ ਕੇ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਤ ਕਮਾਈ ਬੰਦਗੀ ਕਰ ਲੈ, ਉਹ ਹੀ ਆਪਣੇ ਲੇਖੇ ਲੱਗਣੀ ਹੈ। ਠੀਕ ਹੈ, ਸੰਸਾਰ ਚਲਾਉਣ ਵਾਸਤੇ, ਪਰਿਵਾਰ ਚਲਾਉਣ ਵਾਸਤੇ ਮਾਇਆ ਦੀ ਵੀ ਜ਼ਰੂਰਤ ਹੈ, ਦੇ ਬਿਨਾਂ ਘਰ ਬਾਰ ਨਹੀਂ ਚੱਲਦੇ। ਸਰਦਾਰ ਜਗਿੰਦਰ ਸਿੰਘ ਜੀ ਕਰੀਬ 95 ਸਾਲ ਤੋਂ ਉੱਪਰ ਲੰਮੀ ਆਯੂ ਭੋਗ ਕੇ ਇਸ ਸੰਸਾਰ ਤੋਂ ਕਾਲ ਚਲਾਣਾ ਕਰਕੇ ਗਏ ਨੇ। ਬਾਪੂ ਜੀ ਦਾ ਜਨਮ ਪਿੰਡ ਰੋਸੇ ਤਹਿਸੀਲ ਚੁਨੀਆ ਲਾਹੌਰ ਪਾਕਿਸਤਾਨ ਦੇ ਵਿੱਚ ਹੋਇਆ ਸੀ ਅੱਜ ਤੋਂ 95 ਸਾਲ ਪਹਿਲਾਂ। ਵੰਡ ਵੇਲੇ ਇੱਥੇ ਆ ਕੇ ਵਸੇ। ਬਾਪੂ ਜਗਿੰਦਰ ਸਿੰਘ ਜੀ ਦੇ ਪਰਿਵਾਰ ਨੇ ਬਹੁਤ ਸਖ਼ਤ ਮਿਹਨਤ ਮੁਸ਼ਕਤ ਕੀਤੀ ਹੈ ਦੁਬਾਰਾ ਪਰਿਵਾਰ ਦੇ ਇੱਥੇ ਪੈਰ ਲਾਉਣ ਦੀ ਖਾਤਰ। ਸਾਡੇ ਵੱਡੇ ਵੀਰ ਸਰਦਾਰ ਬਲਕਾਰ ਸਿੰਘ ਜੀ, ਸਰਗਵਾਸੀ ਸਰਦਾਰ ਸੋਹਣ ਸਿੰਘ ਜੀ ਪਰਿਵਾਰ, ਸਰ ਜਸਵੰਤ ਸਿੰਘ, ਸਰਦਾਰ ਸੁਖਚੈਨ ਸਿੰਘ, ਸਰਦਾਰ ਕੁਲਵੰਤ ਸਿੰਘ ਜੀ ਅਤੇ ਸਾਡੀ ਭੈਣ ਸਿੰਦਰ ਕੌਰ, ਸਰਦਾਰ ਕਾਬਲ ਸਿੰਘ ਜੀ, ਜਿੱਥੇ ਬਹੁਤ ਵੱਡਾ ਸਾਰੇ ਪਰਿਵਾਰ ਨੂੰ ਘਾਟਾ ਪਿਆ, ਇਹਦੇ ਨਾਲ ਆਪਣੇ ਨਗਰ ਨੂੰ, ਇਲਾਕੇ ਨੂੰ ਵੀ ਇਹੋ ਜਿਹੇ ਇਨਸਾਨਾਂ ਦੀ ਘਾਟ ਹਮੇਸ਼ਾ ਰੱਖਦੀ ਰਹੇਗੀ। ਕਿਉਂਕਿ ਜਿੱਥੇ ਬਾਪੂ ਜੀ ਨੇ ਆਰਥਿਕ ਖੇਤਰ ਦੇ ਵਿੱਚ ਬਹੁਤ ਸਖ਼ਤ ਮਿਹਨਤ ਕਰਕੇ ਪਰਿਵਾਰ ਨੂੰ ਇਸ ਬੁਲੰਦੀਆਂ ਤੱਕ ਪਹੁੰਚਾਇਆ, ਉੱਥੇ ਨਾਲ ਨਾਲ ਰਾਜਨੀਤਿਕ ਖੇਤਰ ਦੇ ਵਿੱਚ ਵੀ ਪਰਿਵਾਰ ਨੇ ਬਹੁਤ ਮੱਲਾਂ ਮਾਰੀਆਂ ਨੇ। ਸਾਡੇ ਗੁਰੂ ਸਾਹਿਬ ਹਲਕੇ ਦੇ MLA ਗੁਰਬੀਰ ਸਿੰਘ ਜੀ, ਰਾਣਾ ਸੋਢੀ ਇਹਨਾਂ ਦੇ ਨੁਮਾਇੰਦੇ ਸਰਦਾਰ ਨਸੀਰ ਸਿੰਘ ਜੀ ਵੀ ਸ਼ੋਕ ਸੰਦੇਸ਼ ਲੈ ਕੇ ਪਹੁੰਚੇ ਨੇ। ਫਿਰੋਜ਼ਪੁਰ ਝਾਤੀ ਤੋਂ MLA ਬੀਬੀ ਸਤਿਕਾਰ ਕੌਰ ਜੀ, ਕਿਉਂਕਿ ਸਾਡੇ ਬੇਟੇ ਸਰਦਾਰ ਮਾਨ ਸਿੰਘ ਜੀ ਪੇਸ਼ਾ ਪਾਰਟੀ ਦੀ ਸੇਵਾ ਕਰ ਰਹੇ ਨੇ। ਸਰਦਾਰ ਹਰਭਜਨ ਸਿੰਘ ਜੀ, ਬਾਬਾ ਭਜਨ ਸਿੰਘ ਜੀ ਕਾਰ ਸੇਵਾ ਵਾਲੇ ਜੰਡ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਚ ਹਾਜ਼ਰੀ ਲਾਉਣ ਵਾਸਤੇ ਪਹੁੰਚੇ ਨੇ। ਜ਼ਿਆਦਾ ਸਮੇਂ ਦਾ ਹੁਕਮ ਨਹੀਂ ਹੋਇਆ, ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਰਦਾਰ ਸਿਕੰਦਰਪਾਲ ਸਿੰਘ ਸਿੱਧੂ ਵਕੀਲ ਸਾਹਿਬ, ਜਿਹੜੇ ਕਿ ਚੇਤੇ ਤੌਰ ਤੇ ਪਹੁੰਚੇ ਨੇ, ਚੰਦ ਮਿੰਟਾਂ ਵਾਸਤੇ ਹਾਜ਼ਰੀ ਲਵਾਉਣਗੇ ਸਰਦਾਰ ਸਿਕੰਦਰਪਾਲ ਸਿੰਘ ਸਿੱਧੂ ਵਕੀਲ। ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਅਸੀਂ ਪਹਿਲੋਂ ਵੀ ਮਾਨ ਸਾਡਾ ਭਰਾ ਹੈ,
ਉਹਦੇ ਨਾਲ ਸਾਨੂੰ ਕਈ ਵਾਰ ਇੱਥੇ ਘਰ ਚ ਆਉਣ ਦਾ ਮੌਕਾ ਮਿਲਿਆ। ਬਜ਼ੁਰਗ ਬਹੁਤ ਹੀ ਚੰਗੀ ਸਿਹਤ ਦੇ ਮਾਲਕ ਸਨ ਔਰ ਬਹੁਤ ਅੱਛਾ ਜੀਵਨ ਬਤੀਤ ਕਰਨ ਵਾਲੇ ਇਨਸਾਨ ਸਨ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਸੀ ਕਿ ਇੰਨੀ ਉਮਰ ਉਹਨਾਂ ਨੇ ਬਹੁਤ ਤੰਦਰੁਸਤੀ ਨਾਲ ਭੋਗੀ ਔਰ ਆਪਣੇ ਸਾਰੇ ਪਰਿਵਾਰ ਨੂੰ ਕਲਾਵੇ ਵਿੱਚ ਰਹਿ ਕੇ ਫੁਲਵਾੜੀ ਦੀ ਤਰ੍ਹਾਂ ਸੰਭਾਲਿਆ। ਮੈਂ ਆਪ ਜੀ ਨੂੰ ਦੱਸਣਾ ਚਾਹੂੰਗਾ ਕਿ ਮਾਨ ਸਿੰਘ ਸਾਡੇ ਹਲਕਾ ਦਿਹਾਤੀ ਦੇ ਵਿੱਚ ਬਹੁਤ ਜ਼ਿਆਦਾ ਵਿਚਰਦੇ ਨੇ ਕਿਉਂਕਿ ਸ਼ਹਿਰ ਰਹੇ ਨੇ ਅਤੇ ਸਾਡੇ ਹਲਕਾ ਦਿਹਾਤੀ ਦੇ ਵਿਧਾਇਕਾ ਸ਼੍ਰੀਮਤੀ ਸਤਿਕਾਰ ਕੌਰ ਜੀ ਦੇ ਜਿਹੜੇ ਹਸਬੈਂਡ ਹੈ ਲਾਡੀ ਗਹਿਰੀ ਜੀ ਉਹਨਾਂ ਦੇ ਨਾਲ ਬਹੁਤ ਬਚਪਨ ਤੋਂ ਇਹਨਾਂ ਦਾ ਬਹੁਤ ਨਜ਼ਦੀਕੀ ਰਿਸ਼ਤਾ ਹੈ। ਸੋ ਬਹੁਤ ਰੁਝੇਵਿਆਂ ਕਾਰਨ ਹਲਕਾ ਵਿਧਾਇਕਾ ਸ਼੍ਰੀਮਤੀ ਸਤਿਕਾਰ ਕੌਰ ਜੀ ਵੀ ਇੱਥੇ ਪਹੁੰਚ ਨਹੀਂ ਸਕੇ, ਉਹਨਾਂ ਦੇ ਪਤੀ ਵੀ ਕਿਸੇ ਸਰੀਰਕ ਰੁਝੇਵੇਂ ਕਰਕੇ ਪਹੁੰਚ ਨਹੀਂ ਸਕੇ। ਸੋ ਉਹਨਾਂ ਵੱਲੋਂ ਦਾਸ ਦੀ ਡਿਊਟੀ ਲਗਾਈ ਗਈ ਸੀ ਕਿ ਮੈਂ ਸ਼ਰਧਾ ਦੇ ਫੁੱਲ ਅਰਪਿਤ ਕਰਾਂ ਉੱਥੇ। ਇਸ ਦੇ ਨਾਲ ਗਹਿਰੀ ਸਾਹਿਬ ਦੇ ਬ੍ਰਦਰ ਵੀ ਦੋਵੇਂ ਸ਼ੋਕ ਪਤਾ ਲੈ ਕੇ ਪਹੁੰਚੇ ਹੋਏ ਨੇ, ਸ਼ੇਰ ਸਿੰਘ ਜੀ ਵੀ, ਰੇਸ਼ਮ ਸਿੰਘ ਜੀ ਵੀ, ਹੋਰ ਵੀ ਦੋਸਤ ਮਿੱਤਰ ਸਾਡੇ ਹਲਕਾ ਦਿਹਾਤੀ ਤੋਂ ਸਾਰੇ ਇੱਥੇ ਆਏ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਹੇ ਪ੍ਰਮਾਤਮਾ ਬਜ਼ੁਰਗਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜ ਪਏ ਤੁਸੀਂ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਉਹ ਗੱਲ ਹੀ ਗੱਲ, ਕਿਉਂਕਿ ਬਾਪੂ ਜੀ ਦੀ ਉਮਰ ਦਾ ਹਿਸਾਬ ਲਾਈਏ ਤਾਂ ਨਵੀਂ ਪੀੜ੍ਹੀ ਇਸ ਉਮਰ ਤੱਕ ਤਾਂ ਬਹੁਤ ਪਹੁੰਚਣੀ ਮੁਸ਼ਕਲ ਹੈ। ਬਾਕੀ ਇਸ ਉਮਰ ਦੇ ਹੁੰਦਿਆਂ ਵੀ ਬਾਪੂ ਜੀ ਦੀ ਜਿਹੜੀ ਸਿਹਤ ਪੱਖੋਂ ਬਿਲਕੁਲ ਬਿਮਾਰੀ ਰਹਿ ਕਿਸੇ ਤਰ੍ਹਾਂ ਦਾ ਵੀ ਕੋਈ ਰੋਗ ਨਹੀਂ ਸੀ। ਉਹ ਲੱਗਦਾ ਸੀ ਬਾਪੂ ਜੀ ਅਜੇ 10-20 ਸਾਲ ਹੋਰ ਸਾਡੇ ਪਰਿਵਾਰ ਚ ਰਹਿਣਗੇ, ਇਸੇ ਤਰ੍ਹਾਂ ਹੀ ਸਾਨੂੰ ਆਸ਼ੀਰਵਾਦ ਦਿੰਦੇ ਰਹਿਣਗੇ। ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਜਿਹੜਾ ਕਿ ਜੰਮਣ ਤੇ ਮਰਨ ਦਾ ਉਹਦੇ ਕੋਲ ਹੈ ਪਾਵਰ ਤਾਕਤ, ਅਣਹੋਣੀ ਵਰਤੀ ਕਿ ਚਾਨਚੱਕ ਬਾਪੂ ਜੀ ਸਾਨੂੰ ਸਰੀਰ ਨੂੰ ਵਿਛੋੜਾ ਦੇ ਗਏ। ਇਹ ਵੀ ਦੁੱਖ ਹਮੇਸ਼ਾ ਹੀ ਦਰਦ ਮਨ ਤੇ ਰਹੇਗਾ ਸਾਰੇ ਪਰਿਵਾਰ ਦੇ। ਸੋ ਬੇਨਤੀ ਕਰੂੰਗਾ ਆਪਣੇ ਹਲਕੇ ਦੇ MLA ਰਾਣਾ ਸੋਢੀ ਜੀ ਦੇ ਨੁਮਾਇੰਦੇ ਸਨ ਨਸੀਬ ਸਿੰਘ ਜੀ ਪਹੁੰਚੇ ਨੇ ਉਹ ਚੰਦ ਮਿੰਟਾਂ ਵਾਸਤੇ, ਤੇ ਬਾਬਾ ਜੀ ਨੂੰ ਬੇਨਤੀ ਹੈ ਕਿ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਵਰਤਾਉਣ ਦੀ ਤਿਆਰੀ ਕਰੋ ਤਾਂ ਕਿ ਨਾਲੋ ਨਾਲ ਸੰਗਤ ਦਾ ਇਕੱਠ ਹੈ ਇਲਾਕੇ ਦੀ ਸਮੂਹ ਸੰਗਤ ਅੱਜ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪਿੜ ਮਲੇ ਤੇ ਮਾਵਾਕਾ ਅਨੁਸਾਰ ਸਰਦਾਰ ਜੋਗਿੰਦਰ ਸਿੰਘ ਜੀ ਬਾਪੂ ਜੀ ਹੋਰੀ ਆਪਣੇ ਵਿੱਚ ਨਹੀਂ ਰਹੇ। ਅੱਜ ਆਪਾਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ। ਆਓ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਫਤਿਹ ਬੁਲੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਦੇ ਜਾਣ ਦਾ ਦੁੱਖ ਜਿੱਥੇ ਪਰਿਵਾਰ ਵਾਸੀਆਂ ਨੂੰ, ਪਰਿਵਾਰ ਵਾਲਿਆਂ ਨੂੰ ਔਰ ਪਿੰਡ ਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਔਰ ਭੈਣ ਭਾਈਚਾਰੇ ਨੂੰ ਹੋਇਆ, ਉੱਥੇ ਬਾਪੂ ਜੀ ਦੇ ਜਾਣ ਦਾ ਦੁੱਖ ਇਸ ਹਲਕੇ ਦੇ MLA ਰਾਣਾ ਗੁਰਮੀਤ ਸਿੰਘ ਸੋਢੀ ਸਾਹਿਬ ਔਰ ਸਮੂਹ ਕਾਂਗਰਸ ਪਾਰਟੀ ਨੂੰ ਵੀ ਉਹਨਾਂ ਦੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਹੈ, ਕਿਉਂਕਿ ਇੱਕ ਪਿਤਾ ਦਾ ਆਸ਼ੀਰਵਾਦ, ਬਜ਼ੁਰਗਾਂ ਦੀਆਂ ਅਸੀਸਾਂ ਉਹ ਹਮੇਸ਼ਾ ਬਜ਼ੁਰਗਾਂ ਤੋਂ ਮਿਲਦੀਆਂ ਨੇ। ਦਾਸ ਜੀ ਇਹ ਹਲਕਾ ਰਿਸਪੋਂਸੀਬਿਲਟੀ ਹੋਣ ਦੀ ਵਜ੍ਹਾ ਕਰਕੇ ਮੈਂ ਇਸ ਪਰਿਵਾਰ ਦੇ ਵਿੱਚ ਕੋਈ ਮਹਿਮ ਵੀ ਲੈ ਕੇ ਆਇਆ, ਸੋਢੀ ਸਾਹਿਬ ਦਾ ਕੋਈ ਮੈਸੇਜ ਲੈ ਕੇ ਆਇਆ,
और कोई भावा जूत की भर्ती होगी, भावा पार्टी की होगी, या कोई होर किसी रैली के जाने के संबंध में अक्सर ही बापू जी के आशीर्वाद लैण का मौका मिले। और बापू जी के पांच बेटे वाहेगुरु जी सरदार बलतार सिंह जी, सोहन सिंह जी, सचैन सिंह जी और जसवंत सिंह जी, कलवंत सिंह जी और पांच बेटिया की फौज और घरों ही एडा वड्डा काफला लेके चलना, उन्होंने पोतरे अंग्रेज जी मान सिंह जी, हैप्पी जी और सुखबीर जी और हरमीत जी सारा दे नाल भरावां तो वध के प्यार और जदों भी इन्हां च आए हैं कोई पार्टी वाली या वर्कर वाली गल नहीं है लगी कि अपन तो झलकती है और इन्होंने इन्ना डट के साथ दिता कि जदों असीं 2002 दे विच इलैक्शन लड़े हां और ये परिवार ने साडी बांह फड़ी, एहो जी बांह फड़ी कि बाद हल्के दे एमएलए राणा सोढी साहब ने इन्हां नूं इहो जे कलावे च लिया कि अज तक जिहड़ा वह बरकरार है। और मैं समझदा कि साहिब श्री गुरु ग्रंथ साहिब जी की पार कृपा सदका जे असीं चार बार विधानसभा दीआं पौड़ियां चढ़े हां कि वह इस परिवार का बहुत वड्डा साडे योगदान है और दास इन्हां दा हमेशा रिंग रहेगा और कर्जदार रहेगा। सो बापू जी होरां ने जिवें पाकिस्तान नूं आ के इत्थे बंजर जमीना च काफूस वाली जमीना नूं उपजाऊ कीता और परिवार नूं तरक्की दीआं नीहां ते लैके आए और एक वधिया परिवार का पालन पोषण कीता और जो जिवें अपने जट भाईचारे का है कि एग्रीकल्चर लैंड नूं इन्हां ने पहल दित्ती और कम से कम 100-125 किला दे नेड़े इन्हां ने जमीन बनाई। मैं समझदा कि जिहड़ा कि एक इंसान दे बहुत घट हिस्से आया और परिवार नूं सही तरीके नाल डिसिप्लिन च लिया के अलग अलग घरां च बच्चियां नूं सैटल कीता जिथे एग्रीकल्चर लैंड दे विच इन्हां ने तरक्कियां कीतियां उत्थे नाल दी नाल एज ए पॉलिटिक्स दे विच आपदे बेटियां नूं बापू जी ने और अपने पोतरियां नूं प्रेरित करके इस वेले दो विधानसभा हल्कियां दे विच पूरा दबदबा और मैं समझदा कि जे दोवें सीटां जितियां कि इस फिरोजपुर देहाती मैडम सरकार कौर जी और राणा गुरमीत सिंह सोढी साहब जिते ने तो इस परिवार का बहुत वड्डा योगदान क्योंकि दिन भर रात इन्होंने साडे नाल रह के हल्कियां च काम किया और जिहदा सिट्टा अज तुहाडे सामने। सो जिथे बापू जी की तंदुरुस्ती का राज मैं समझा मेरिया मातावां मेरिया भैणां बीबियां सारिया बैठिया तुहानू सारिआं नूं जिहड़े अपने नन्ने मुन्ने बच्चे आ उहनां नूं इहो जे बजुर्गां दीआं कहानियां सुणाउणियां चाहीदियां उहनां दे जीवन बारे दसणा चाहीदा जिहड़े कि इन्नी लंबी उमर भोग के गए ने और हमेशा वास्ते असीस दे के जाए और अरदास करके जाए सच्चे पातशाह हमेशा हर परिवार दे विच बजुर्गां दा आशीर्वाद इस तरह रहे। और अखीर दे विच मैं गुरु महाराज अगे यही अरदास सच्चे पातशाह करदा कि बापू जी अपने चरणा च अरदास बख्शी पिछे परिवार नूं भाणा मन्नण दा बल बख्शी और जो ये पंडाल दे विच इहदे सरबार आगू बैठे ने रंग बिरंगियां दस्तारां दा एडा भरिया पंडाल ये बापू जी का वर्तारा सी। सो ये सरदा दे फुल लैके मैं पहुंचा सी वाहेगुरु जी का खालसा श्री वाहेगुरु जी की। सरदार नसीर सिंह जी के वालों कांग्रेस पार्टी वालों सरदा दे फुल भेट कीते अपने PWD वर्कर यूनियन वालों शोक संदेश आया, वेरका मिल्क प्लांट वालों शोक संदेश आया, शोक संदेश आया साडा सरकार योजना दर्शन सिंह जी बराड़ XML मुक्तसर जिले के परिवार नजदीकी रिश्तेदार ने उन्होंने वालों भी शोक संदेश भेजा गया और संगत के विच इलाका निवासी नगर निवासी
महान शिशी सारे पहुंचे हुए हो, इन्हें किसी का नाम नहीं लिया जा सकता। इन संगत का सारी संगत जिन्नी भी ग्रह विखे पहुंची है इस दुख की घड़ी शरीक होने वास्ते परिवार का दुख साझा करने वास्ते सारे ही संगत का कोटन कोट धन्यवाद जी आख्या इनका परिवार वालों। बाकी गुरु का लंगर संगत वास्ते तैयार किया गया चल रहा है। जेड़े भी सज्जन वीर माई भाई ने प्रशादा नहीं छकिया उन्होंने भी हाथ जोड़ के बेनती है कि सारी संगत ने गुरु का लंगर प्रशादा छक के जाना है। यो ही बापू जी को सच्ची श्रद्धांजलि है। सेवक परिवार वालों अपनी दसा नौ की किरत कमाई के बापू जोगिंदर सिंह जी की याद के 21,000 रुपए गुरुद्वारा साहब की सेवा वास्ते दिते जाते हैं। परमात्मा चढ़ती कला च रखे परिवार को इसे तरह गुरु घर न जोड़ी रखे। अज के दवान की इतने ही समाप्ति है। सारी संगत ने हाथ जोड़ के बेनती प्रशादा छक के जाना। बुलाओ फतेह। वाहगुरु जी का खालसा वाहगुरु जी की फतेह। चिंता ना कर लखो चढ़ावे ठीक है।